ਅੱਜ ਸਾਰੇ ਸਰਪੰਚ ਸਾਹਿਬਾਨਾਂ ਨੇ ਲੁਧਿਆਣੇ ਦੇ ਧਨਾਮਸੂ ਪਿੰਡ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ 'ਚ ਸਹੁੰ ਚੁੱਕੀ ਆ। ਮੈਂ ਮੁਬਾਰਕਾਂ ਦਿੰਦਾ ਸਮੂਹ ਪੰਜਾਬ ਦੇ ਅਤੇ ਨਾਲ ਸਾਡੇ ਪੱਟੀ ਹਲਕੇ ਦੇ ਸਰਪੰਚ ਸਾਹਿਬਾਨਾਂ ਨੂੰ, ਮੈਂਬਰ ਪੰਚਾਇਤ ਸਾਹਿਬਾਨਾਂ ਨੂੰ, ਅਤੇ ਨਾਲ ਇੱਕ ਬੇਨਤੀ ਹੋਰ ਵੀ ਕਰੂੰਗਾ। ਇਹ ਮੇਰਾ ਲਾਈਵ ਹੋਣ ਦਾ ਮਕਸਦ ਇਹ ਸੀ ਵੀ ਸਵੇਰੇ ਜਦੋਂ ਜਿਹੜੇ ਦੂਰ ਦੁਰਾਡੇ ਤੋਂ ਸਰਪੰਚ ਚੱਲ ਕੇ ਇੱਥੇ ਲੁਧਿਆਣੇ ਆਏ ਆ, ਉਹ ਸਵੇਰੇ ਥੋੜ੍ਹੇ ਤੜਕੇ ਤੁਰੇ ਅਤੇ ਸਵੇਰੇ ਧੁੰਦ ਪਈ ਹੋਣ ਕਰਕੇ ਮੇਰੇ ਪੱਟੀ ਹਲਕੇ ਦੇ ਹੀ ਦੋ ਪਿੰਡਾਂ ਦੇ ਸਰਪੰਚਾਂ ਦੀਆਂ ਗੱਡੀਆਂ ਦਾ ਐਕਸੀਡੈਂਟ ਹੋ ਗਿਆ। ਇੱਕ ਸੈਦਪੁਰ ਦਾ ਸਰਪੰਚ ਸੀ, ਇੱਕ ਬਿੱਲਿਆਂ ਵਾਲੇ ਦੇ ਸਰਪੰਚ ਦੀ ਗੱਡੀ ਦਾ ਵੀ ਐਕਸੀਡੈਂਟ ਹੋਇਆ। ਚਲੋ ਪਰਮਾਤਮਾ ਨੇ ਕਿਰਪਾ ਕੀਤੀ, ਸੱਟ ਪੇਟ ਲੱਗਣ ਤੋਂ ਬਚਾਅ ਹੋ ਗਿਆ, ਪਰ ਗੱਡੀਆਂ ਦਾ ਵਾਹਵਾ ਨੁਕਸਾਨ ਹੋ ਗਿਆ ਅਤੇ ਉਹ ਫਿਰ ਵਿਚਾਰੇ ਇੱਥੇ ਸਮਾਗਮ 'ਤੇ ਪ੍ਰੋਗਰਾਮ 'ਤੇ ਪਹੁੰਚ ਵੀ ਨਹੀਂ ਸਕੇ। ਅਤੇ ਮੈਂ ਹੁਣ ਬੇਨਤੀ ਕਰੂੰਗਾ, ਹੁਣੇ ਹੀ ਅਜੇ ਪ੍ਰੋਗਰਾਮ ਖਤਮ ਹੋਇਆ, ਲਗਭਗ ਹੁਣੇ ਹੀ ਗੱਡੀਆਂ ਨਿਕਲੀਆਂ ਇੱਥੋਂ ਪਾਰਕਿੰਗ 'ਚੋਂ, ਮੈਂ ਬੇਨਤੀ ਕਰੂੰਗਾ ਵੀ ਹੁਣ ਸਿੱਧੇ ਆਪਦੇ ਘਰਾਂ 'ਚ ਪਹੁੰਚਿਓ, ਕਿਉਂਕਿ ਘਰਾਂ 'ਚ ਤੁਹਾਡੇ ਪਰਿਵਾਰ ਤੁਹਾਡਾ ਇੰਤਜ਼ਾਰ ਕਰਦੇ ਪਏ ਹੋਣੇ ਆ। ਖੁਸ਼ੀ ਤੁਹਾਡੇ ਪਰਿਵਾਰ ਨੇ ਖੁਸ਼ੀ ਕਰਨੀ ਆ, ਖੁਸ਼ੀ ਦਾ ਇਜ਼ਹਾਰ ਕਰਨਾ ਆ। ਕਈ ਵਾਰ ਹੁੰਦਾ ਕਈ ਸਾਥੀ ਖੁਸ਼ੀ ਮਨਾਉਣ ਲਈ ਇੱਥੇ ਹੀ ਰੁਕ ਜਾਂਦੇ ਆ, ਜਿਵੇਂ ਪੈਗ ਪੁੱਗ ਲਾਉਣ ਲਈ। ਜੇ ਕਿਸੇ ਨੇ ਪੈਗ ਲਾਉਣਾ ਉਹ ਤਾਂ ਆਪਦੇ ਘਰ ਲਾਗੇ ਜਾ ਕੇ, ਨੇੜੇ ਆਪਦੇ ਘਰ ਦੇ ਜਦੋਂ 2-4-5 ਕਿਲੋਮੀਟਰ ਰਹਿ ਜੂ ਉੱਥੇ ਜਾ ਕੇ ਬਹਿ ਜਿਓ। ਪਹਿਲੀ ਤਾਂ ਗੱਲ, ਸ਼ਰਾਬ ਪੀਣੀ ਸਿਹਤ ਲਈ ਹੈ ਨਹੀਂ ਕਰਕੇ ਆ, ਪੀਓ ਨਾ। ਪਰ ਜੇ ਕਈ ਵਾਰ ਹੁੰਦਾ ਪਿੰਡ ਦੇ ਲੋਕ ਨਾਲ ਆਏ ਹੁੰਦੇ ਆ ਅਤੇ ਉਹ ਕਹਿੰਦੇ ਆ ਵੀ ਆਪਾਂ ਪਾਰਟੀ ਸ਼ਾਰਟੀ ਕਰੀਏ, ਹੁਣ ਰਸਤੇ 'ਚ ਨਾ ਰੁਕਿਓ ਕਿਉਂਕਿ ਧੁੰਦ ਪੈਣੀ ਚਾਲੂ ਹੋ ਗਈ ਆ। ਅਤੇ ਉਹ ਧੁੰਦ ਆ ਜਿਹੜਾ ਆਪਾਂ ਜਿਹੜੀ ਪਰਾਲੀ ਆ ਰਹਿੰਦ ਖੂੰਹਦ ਝੋਨੇ ਦਾ ਉਹਨੂੰ ਅੱਗ ਲਾਉਂਦੇ, ਉਹਦੇ ਕਰਕੇ ਹੀ ਇਹ ਨਕਲੀ ਜੀ ਧੁੰਦ ਪੈਣ ਲੱਗ ਪਈ ਆ। ਅਤੇ ਕੋਸ਼ਿਸ਼ ਇਹੋ ਕਰਿਓ ਵੀ ਸਹਿਜੇ ਸਹਿਜੇ ਜਾਇਓ, ਹੌਲੀ ਜਾਇਓ ਅਤੇ ਆਪਦੇ ਪਰਿਵਾਰ 'ਚ ਪਹੁੰਚ ਕੇ ਅਤੇ ਪਰਿਵਾਰ 'ਚ ਖੁਸ਼ੀ ਮਨਾਇਓ। ਅਤੇ ਫਿਰ ਮੈਂ ਇੱਕ ਵਾਰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਨਾਲ ਇਹ ਬੇਨਤੀ ਕਰਦਾ, ਜਿਵੇਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਵੀ ਤੁਸੀਂ ਮਤੇ ਪਾਇਓ ਪਿੰਡਾਂ ਦਾ, ਜਿੰਨਾ ਵੀ ਵਿਕਾਸ ਦਾ ਕੰਮ ਆ ਤੁਸੀਂ ਮਤੇ ਪਾ ਕੇ ਭੇਜਿਓ, ਤੁਹਾਨੂੰ ਖੁੱਲ੍ਹੇ ਗੱਫੇ ਦਿੱਤੇ ਜਾਣਗੇ, ਖੁੱਲ੍ਹੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਇਮਾਨਦਾਰੀ ਨਾਲ ਆਪਦੇ ਪਿੰਡ ਨੂੰ ਚਮਕਾ ਦਿਓ ਤਾਂ ਜੋ ਹਰ ਵਾਰ ਭਾਵੇਂ ਸਰਕਾਰ ਕਿਸੇ ਦੀ ਹੋਵੇ, ਭਾਵੇਂ ਜਿਹੜਾ ਮਰਜ਼ੀ ਆ ਜੇ ਅਤੇ ਆ ਕੇ ਇਹੋ ਕਹਿਣ ਵੀ ਇਸ ਸਰਪੰਚ ਨੂੰ ਸਰਬਸੰਮਤੀ ਨਾਲ ਆਪਾਂ ਸਰਪੰਚ ਬਣਾਈਏ, ਜਿੰਨਾ ਚਿਰ ਤੁਹਾਡੀ ਉਮਰ ਆ ਬਾ ਉਮਰ ਤੁਸੀਂ ਸਰਪੰਚ ਬਣਦੇ ਰਹੋ। ਇਹ ਨਹੀਂ ਕਿ ਪਿਛਲੀਆਂ ਸਰਕਾਰਾਂ ਅਕਾਲੀ ਦਲ ਕਾਂਗਰਸ ਦੀ ਸਰਕਾਰ ਆ ਅਤੇ ਉਹਨਾਂ ਸਰਕਾਰਾਂ 'ਚ ਵੀ ਸਾਰੇ ਹੀ ਬੰਦੇ ਮਾੜੇ ਸੀ, ਬਹੁਤੇ ਬੰਦੇ ਚੰਗੇ ਹੁੰਦੇ ਆ, 99-98% ਬੰਦੇ ਚੰਗੇ ਹੁੰਦੇ ਆ। ਪਿਛਲੀਆਂ ਸਰਕਾਰਾਂ ਦੇ ਵੇਲੇ ਵੀ ਕਈ ਸਰਪੰਚ ਇਹੋ ਜਿਹੇ ਚੰਗੇ ਸਰਪੰਚ ਜਿਨ੍ਹਾਂ ਨੇ ਆਪਦੇ ਪਿੰਡ ਦਾ ਵਿਕਾਸ ਕਰਾਇਆ, ਪਿੰਡ ਨੂੰ ਲਿਸ਼ਕਾਇਆ ਚਮਕਾਇਆ, ਅਤੇ ਉਹ ਭਾਵੇਂ ਗਾਂ ਜਿਹਦੀ ਮਰਜ਼ੀ ਸਰਕਾਰ ਬਣੀ, ਪਿੰਡ ਦੀ ਸੰਗਤ ਨੇ ਉਹਨਾਂ ਸਰਪੰਚਾਂ ਨੂੰ ਫਿਰ ਸਰਬਸੰਮਤੀ ਨਾਲ ਫਿਰ ਸਰਪੰਚ ਬਣਾਇਆ। ਅਤੇ ਉਹਨਾਂ ਸਰਪੰਚਾਂ 'ਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਵੀ ਕਈ ਸਰਪੰਚ ਫਿਰ ਸਰਬਸੰਮਤੀ ਨਾਲ ਨਗਰ ਨੇ ਬਣਾ ਤੇ ਆ। ਅਤੇ ਕੋਸ਼ਿਸ਼ ਇਹੋ ਕਰਿਓ ਵੀ ਇਮਾਨਦਾਰੀ ਨਾਲ ਪਿੰਡ ਦਾ ਵਿਕਾਸ ਕਰਾਇਓ। ਅਤੇ ਸਭ ਤੋਂ ਵੱਡੀ ਗੱਲ, ਪੈਸਾ ਸਭ ਕੁਝ ਨਹੀਂ ਹੁੰਦਾ, ਇੱਜ਼ਤ ਸਭ ਤੋਂ ਵੱਡੀ ਗੱਲ ਆ। ਜਦੋਂ ਪਿੰਡ ਤੁਹਾਨੂੰ ਸਰਪੰਚ ਬਣਾਉ, ਸਰਬਸੰਮਤੀ ਨਾਲ ਇੱਜ਼ਤ ਤੁਹਾਨੂੰ ਮੁਫ਼ਤ 'ਚ ਮਿਲਣੀ ਆ। ਅਤੇ ਵਾਰ ਵਾਰ ਜਿਹੜਾ ਤੁਸੀਂ ਸਰਪੰਚ ਬਣਨਾ, ਬਾ ਉਮਰ ਜਿੰਨਾ ਚਿਰ ਤੁਹਾਡੀ ਉਮਰ ਆ, ਲੋਕ ਕਹਿਣ ਵੀ ਯਾਰ ਇਹ ਇਮਾਨਦਾਰ ਬੰਦਾ, ਭਾਵੇਂ 2 ਵਾਰ ਅੱਗੇ ਬਣ ਗਿਆ, 3 ਵਾਰ ਅੱਗੇ ਬਣ ਗਿਆ, 4 ਵਾਰ ਅੱਗੇ ਬਣ ਗਿਆ, 5ਵੀਂ ਵਾਰ ਵੀ ਇਹਨੂੰ ਹੀ ਬਣਾਈਏ, ਇਹਨੇ ਪਿੰਡ ਦਾ ਕੁਝ ਬਣਾਤਾ, ਪਹਿਲੇ ਜਿਹੜੇ ਬਣਦੇ ਰਹੇ ਆ ਉਹਨਾਂ ਪਿੰਡ ਦਾ ਕੁਝ ਨਹੀਂ ਬਣਾਇਆ। ਤਾਂ ਮੈਂ ਫਿਰ ਤੋਂ ਇੱਕ ਵਾਰ ਸਾਰੇ ਪੰਜਾਬ ਦੇ ਸਰਪੰਚ ਸਾਹਿਬਾਨਾਂ ਨੂੰ, ਮੈਂਬਰ ਪੰਚਾਇਤ ਸਾਹਿਬਾਨਾਂ ਨੂੰ ਵਧਾਈ ਵੀ ਦਿੰਦਾ ਅਤੇ ਨਾਲ ਇਹ ਬੇਨਤੀ ਕਰਦਾ ਕਿ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈ ਅਤੇ ਆਮ ਘਰਾਂ ਦੇ ਮੁੰਡੇ ਕੁੜੀਆਂ, ਨੌਜਵਾਨ ਮੁੰਡੇ ਕੁੜੀਆਂ ਸਰਪੰਚ, ਮੈਂਬਰ ਪੰਚਾਇਤ, ਚੇਅਰਮੈਨ, ਪੰਜਾਬ ਲੈਵਲ ਦੇ ਚੇਅਰਮੈਨ, ਜ਼ਿਲ੍ਹੇ ਲੈਵਲ ਦੇ ਚੇਅਰਮੈਨ, ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਮੰਤਰੀ, ਮੁੱਖ ਮੰਤਰੀ ਦੇ ਅਹੁਦਿਆਂ ਤੱਕ ਪਹੁੰਚੇ, ਆਪਾਂ ਸਾਰੇ ਜਦੋਂ ਅਰਦਾਸ ਬੇਨਤੀ ਕਰਦੇ ਹਾਂ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਲੰਮੀ ਉਮਰ ਦੀ ਕਾਮਨਾ ਕਰਿਆ ਕਰੀਏ, ਅਰਵਿੰਦ ਕੇਜਰੀਵਾਲ ਜੀ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਿਆ ਕਰੀਏ, ਕਿਉਂਕਿ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਅਤੇ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਵੀ ਸੋਚਿਆ ਵੀ ਅਸੀਂ ਵੀ ਸਰਪੰਚ, ਚੇਅਰਮੈਨ, MLA, ਮੰਤਰੀ ਬਣ ਸਕਦੇ ਹਾਂ। ਅਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇੱਥੇ ਸਮਾਗਮ ਦੇ ਵਿੱਚ ਆਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।